ਤਾਬੜਤੋੜ ਗੋਲੀਆਂ ਦੇ ਨਾਲ ਦਿੱਲੀ ਇੱਕ ਵਾਰ ਫਿਰ ਤੋਂ ਦਹਿਲ ਗਿਆ ਹੈ, ਜਿੱਥੇ ਇੱਕ ਜਿਮ ਮਾਲਕ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸਦੀ ਗੱਡੀ ਨੂੰ ਘੇਰ ਕੇ ਸਕੂਟੀ ਸਵਾਰਾਂ ਦੇ ਵੱਲੋਂ ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ। 5 ਗੋਲੀਆਂ ਲੱਗੀਆਂ ਇਸ ਜਿਮ ਦੇ ਮਾਲਕ ਨੂੰ, ਜਿਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਹਿਜ਼ 6 ਮਹੀਨੇ ਪਹਿਲੇ ਹੀ ਜਿਮ ਖੋਲਿਆ ਗਿਆ ਸੀ। ਇਸ ਜਿਮ ਮਾਲਕ ਦੇ ਵੱਲੋਂ ਨਾਦਰ ਸ਼ਾਹ ਦਾ ਨਾਮ ਦੱਸਿਆ ਜਾ ਰਿਹਾ ਹੈ, ਜੋ ਕਿ ਅਫਗਾਨਿਸਤਾਨ ਦਾ ਰਹਿਣ ਵਾਲਾ ਸੀ। ਪਾਰਟਨਰਸ਼ਿਪ ਦੇ ਵਿੱਚ ਇੱਥੇ ਇਹ ਜਿਮ ਚਲਾ ਰਿਹਾ ਸੀ ਤੇ 6 ਮਹੀਨੇ ਪਹਿਲਾਂ ਹੀ ਜਿਮ ਦੀ ਸ਼ੁਰੂਆਤ ਕੀਤੀ ਸੀ, ਤਾਂ ਹੁਣ ਉਸਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਕਿ ਆਖਿਰ ਇਹ ਆਪਸੀ ਰੰਜਿਸ਼ ਹੈ ਜਾਂ ਕੁਝ ਹੋਰ। ਇੱਥੇ ਇੱਕ ਫੇਸਬੁੱਕ ਤੇ ਪੋਸਟ ਵੀ ਸਾਂਝੀ ਕੀਤੀ ਗਈ ਹੈ ਰੋਹਿਤ ਗੁਦਾਰਾ ਗੈਂਗਸਟਰ ਦੇ ਵੱਲੋਂ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਕੀਤਾ ਗਿਆ ਹੈ। ਪੋਸਟ ਪਾ ਕੇ ਦਾਅਵਾ ਕੀਤਾ ਗਿਆ ਹੈ ਜ਼ਿੰਮੇਵਾਰੀ ਲਈ ਗਈ ਹੈ ਕਤਲ ਦੀ, ਜਿਸ ਵਿੱਚ ਰੋਹਿਤ ਗੁਦਾਰਾ, ਜੋ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਹੀ ਸੰਬੰਧਿਤ ਹੈ, ਉਸਨੇ ਪੋਸਟ ਪਾਈ ਹੈ ਕਿ ਨਾਦਿਰ ਸ਼ਾਹ ਦਾ ਕਤਲ ਉਹਨਾਂ ਵੱਲੋਂ ਕੀਤਾ ਗਿਆ ਹੈ, ਕਿਉਂਕਿ ਉਹਨਾਂ ਦੇ ਕੰਮਾਂ ਕਾਰਾਂ ਦੇ ਵਿੱਚ ਰਾਹ ਦਾ ਰੋੜਾ ਬਣ ਰਿਹਾ ਸੀ। ਇਸ ਕਤਲ ਨਾਲ ਜੁੜੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਹਮਲਾਵਰ ਸਾਫ ਨਜ਼ਰ ਆਇਆ ਹੈ ਤੇ ਗੋਲੀਆਂ ਵਰਾਉਂਦਾ ਹੋਇਆ ਦੇਖਿਆ ਹੈ। ਜਿੱਥੇ ਇਹ ਜਿਮ ਮਾਲਕ ਆਪਣੇ ਇੱਕ ਸਾਥੀ ਦੇ ਨਾਲ ਆਪਣੀ ਗੱਡੀ ਦੇ ਕੋਲ ਖੜਾ ਹੈ, ਤਾਂ ਉੱਥੋਂ ਸਾਹਮਣੇ ਉਹ ਸੜਕ ਤੋਂ ਇੱਕ ਹਮਲਾਵਰ ਗੁਜ਼ਰ ਰਿਹਾ ਹੁੰਦਾ, ਜੋ ਬਿਲਕੁਲ ਕਿਸੇ ਆਮ ਵਿਅਕਤੀ ਦੀ ਤਰ੍ਹਾਂ ਲੰਘ ਰਿਹਾ ਹੈ ਤੇ ਅਚਾਨਕ ਜਿਮ ਮਾਲਕ ਦੇ ਸਾਹਮਣੇ ਆ ਕੇ ਉਸਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਅੰਨੇ ਵਾਹ ਗੋਲੀਆਂ ਚਲਾਉਂਦਾ ਹੈ ਤੇ ਫਿਰ ਉੱਥੋਂ ਫਰਾਰ ਹੋ ਜਾਂਦਾ ਹੈ। ਉਸਦੇ ਭੱਜਦੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਹੋਰ ਵੀ ਸੀਸੀਟੀਵੀ ਖੰਗਾਲ ਰਹੀ ਹੈ ਕਿ ਪਤਾ ਲੱਗ ਸਕੇ ਇਸ ਦੇ ਨਾਲ ਹੋਰ ਕੌਣ ਸੀ ਤੇ ਇਹ ਹਮਲਾਵਰ ਕਿਵੇਂ ਉੱਥੇ ਆਇਆ ਸੀ, ਗੋਲੀਆਂ ਚਲਾ ਕੇ ਫਰਾਰ ਹੋਇਆ ਹੈ। ਚਿਹਰਾ ਸਾਫ਼ ਨਜ਼ਰ ਆਇਆ ਹੈ, ਕਿਉਂਕਿ ਚਿਹਰਾ ਢੱਕਿਆ ਹੋਇਆ ਨਹੀਂ ਸੀ, ਅਤੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ। ਤਾਬੜਤੋੜ ਗੋਲੀਆਂ ਦੇ ਨਾਲ ਦਿੱਲੀ ਇੱਕ ਵਾਰ ਫਿਰ ਤੋਂ ਦਹਿਲ ਗਿਆ ਹੈ, ਜਿੱਥੇ ਇੱਕ ਜਿਮ ਮਾਲਕ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸਦੀ ਗੱਡੀ ਨੂੰ ਘੇਰ ਕੇ ਸਕੂਟੀ ਸਵਾਰਾਂ ਦੇ ਵੱਲੋਂ ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ। 5 ਗੋਲੀਆਂ ਲੱਗੀਆਂ ਇਸ ਜਿਮ ਦੇ ਮਾਲਕ ਨੂੰ, ਜਿਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਹਿਜ਼ 6 ਮਹੀਨੇ ਪਹਿਲੇ ਹੀ ਜਿਮ ਖੋਲਿਆ ਗਿਆ ਸੀ। ਇਸ ਜਿਮ ਮਾਲਕ ਦੇ ਵੱਲੋਂ ਨਾਦਰ ਸ਼ਾਹ ਦਾ ਨਾਮ ਦੱਸਿਆ ਜਾ ਰਿਹਾ ਹੈ, ਜੋ ਕਿ ਅਫਗਾਨਿਸਤਾਨ ਦਾ ਰਹਿਣ ਵਾਲਾ ਸੀ। ਪਾਰਟਨਰਸ਼ਿਪ ਦੇ ਵਿੱਚ ਇੱਥੇ ਇਹ ਜਿਮ ਚਲਾ ਰਿਹਾ ਸੀ ਤੇ 6 ਮਹੀਨੇ ਪਹਿਲਾਂ ਹੀ ਜਿਮ ਦੀ ਸ਼ੁਰੂਆਤ ਕੀਤੀ ਸੀ, ਤਾਂ ਹੁਣ ਉਸਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਕਿ ਆਖਿਰ ਇਹ ਆਪਸੀ ਰੰਜਿਸ਼ ਹੈ ਜਾਂ ਕੁਝ ਹੋਰ। ਇੱਥੇ ਇੱਕ ਫੇਸਬੁੱਕ ਤੇ ਪੋਸਟ ਵੀ ਸਾਂਝੀ ਕੀਤੀ ਗਈ ਹੈ ਰੋਹਿਤ ਗੁਦਾਰਾ ਗੈਂਗਸਟਰ ਦੇ ਵੱਲੋਂ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਕੀਤਾ ਗਿਆ ਹੈ। ਪੋਸਟ ਪਾ ਕੇ ਦਾਅਵਾ ਕੀਤਾ ਗਿਆ ਹੈ ਜ਼ਿੰਮੇਵਾਰੀ ਲਈ ਗਈ ਹੈ ਕਤਲ ਦੀ, ਜਿਸ ਵਿੱਚ ਰੋਹਿਤ ਗੁਦਾਰਾ, ਜੋ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਹੀ ਸੰਬੰਧਿਤ ਹੈ, ਉਸਨੇ ਪੋਸਟ ਪਾਈ ਹੈ ਕਿ ਨਾਦਿਰ ਸ਼ਾਹ ਦਾ ਕਤਲ ਉਹਨਾਂ ਵੱਲੋਂ ਕੀਤਾ ਗਿਆ ਹੈ, ਕਿਉਂਕਿ ਉਹਨਾਂ ਦੇ ਕੰਮਾਂ ਕਾਰਾਂ ਦੇ ਵਿੱਚ ਰਾਹ ਦਾ ਰੋੜਾ ਬਣ ਰਿਹਾ ਸੀ। ਇਸ ਕਤਲ ਨਾਲ ਜੁੜੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਹਮਲਾਵਰ ਸਾਫ ਨਜ਼ਰ ਆਇਆ ਹੈ ਤੇ ਗੋਲੀਆਂ ਵਰਾਉਂਦਾ ਹੋਇਆ ਦੇਖਿਆ ਹੈ। ਜਿੱਥੇ ਇਹ ਜਿਮ ਮਾਲਕ ਆਪਣੇ ਇੱਕ ਸਾਥੀ ਦੇ ਨਾਲ ਆਪਣੀ ਗੱਡੀ ਦੇ ਕੋਲ ਖੜਾ ਹੈ, ਤਾਂ ਉੱਥੋਂ ਸਾਹਮਣੇ ਉਹ ਸੜਕ ਤੋਂ ਇੱਕ ਹਮਲਾਵਰ ਗੁਜ਼ਰ ਰਿਹਾ ਹੁੰਦਾ, ਜੋ ਬਿਲਕੁਲ ਕਿਸੇ ਆਮ ਵਿਅਕਤੀ ਦੀ ਤਰ੍ਹਾਂ ਲੰਘ ਰਿਹਾ ਹੈ ਤੇ ਅਚਾਨਕ ਜਿਮ ਮਾਲਕ ਦੇ ਸਾਹਮਣੇ ਆ ਕੇ ਉਸਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਅੰਨੇ ਵਾਹ ਗੋਲੀਆਂ ਚਲਾਉਂਦਾ ਹੈ ਤੇ ਫਿਰ ਉੱਥੋਂ ਫਰਾਰ ਹੋ ਜਾਂਦਾ ਹੈ। ਉਸਦੇ ਭੱਜਦੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਹੋਰ ਵੀ ਸੀਸੀਟੀਵੀ ਖੰਗਾਲ ਰਹੀ ਹੈ ਕਿ ਪਤਾ ਲੱਗ ਸਕੇ ਇਸ ਦੇ ਨਾਲ ਹੋਰ ਕੌਣ ਸੀ ਤੇ ਇਹ ਹਮਲਾਵਰ ਕਿਵੇਂ ਉੱਥੇ ਆਇਆ ਸੀ, ਗੋਲੀਆਂ ਚਲਾ ਕੇ ਫਰਾਰ ਹੋਇਆ ਹੈ। ਚਿਹਰਾ ਸਾਫ਼ ਨਜ਼ਰ ਆਇਆ ਹੈ, ਕਿਉਂਕਿ ਚਿਹਰਾ ਢੱਕਿਆ ਹੋਇਆ ਨਹੀਂ ਸੀ, ਅਤੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ।